ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਜਾਟ ਸਾਹਿਬ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਅਗਲੇ ਇਸ਼ੂ ਦੇ ਨਾਲ, ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਜਣ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ, ਨਾਲ ਹੀ ਯੂਟਿਊਬ 'ਤੇ ਸਬਸਕ੍ਰਾਈਬ ਵੀ ਕਰੋ। ਅਤੇ ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਸਾਡੇ ਜਿਹੜਾ ਪ੍ਰੋਗਰਾਮ ਦਾ ਸਮਾਂ ਸੀਮਾ ਹੈਗਾ 7:45 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਕੀਪ ਵਾਚਿੰਗ TV84। ਥੈਂਕ ਯੂ ਸੋ ਮੱਚ। ਜੀ ਡਾਕਟਰ ਸਾਹਿਬ, ਕੀ ਵਿਚਾਰ ਨੇ ਤੁਹਾਡੇ ਅਗਲੇ ਇਸ਼ੂ ਬਾਰੇ? ਜੀ ਡਾਕਟਰ ਸਾਹਿਬ, ਦੇਖੋ, ਸਾਡੀ ਰੋਜ਼ਾਨਾ ਵਿਚਾਰ ਚਰਚਾ ਮੁਕੰਮਲ ਨਹੀਂ ਹੁੰਦੀ ਜੇ ਅਸੀਂ ਕਿਸ ਕਿਸਮ ਦੀਆਂ ਨੀਤੀਆਂ RSS ਨੇ ਬੜੇ ਵਿਉਂਤਬੱਧ ਢੰਗ ਦੇ ਨਾਲ, ਖਾਸ ਤੌਰ 'ਤੇ ਐਕੇਡੈਮਿਕ, ਜਿਸ ਨੂੰ ਅਸੀਂ ਵਿੱਦਿਅਕ ਕਹਾਂਗੇ, ਅਦਾਰਿਆਂ ਦੇ ਵਿੱਚ ਆਪਣੀ ਪੂਰੀ ਜਿਹੜੀ ਹੈ ਪਕੜ ਜਕੜ ਮਜ਼ਬੂਤ ਕਰਨ ਲਈ ਬਣਾਈਆਂ ਨੇ। ਸਕੂਲਾਂ ਦੇ ਵਿੱਚ ਟੈਕਸਟ ਬੁੱਕ ਲੈਵਲਸ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਕਿਵੇਂ ਬੋਰਡ ਆਫ ਹਿਸਟੋਰੀਅਨਸ ਆਪਣੇ ਕ੍ਰੀਏਟ ਕਰਕੇ ਜਿਹੜਾ ਨੈਰੇਟਿਵ ਹਿਸਟਰੀ ਦਾ ਉਹਨੂੰ ਬਦਲਣ ਦੇ ਲਈ ਕਿਵੇਂ ਉਹ ਲੱਗੇ ਹੋਏ ਨੇ। ਔਰ ਵੱਡੇ ਲੈਵਲ 'ਤੇ ਉਹਨਾਂ ਨੇ ਖਾਸ ਤੌਰ 'ਤੇ ਉਹ ਯੂਨੀਵਰਸਿਟੀਜ਼ ਜਿੱਥੇ ਲਿਬਰਲ ਵੈਲਿਊਜ਼ ਜਾਂ ਲਿਬਰਲ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਜਿੱਥੇ ਇਤਿਹਾਸ ਨੂੰ ਕਿਸੇ ਖਾਸ ਐਨਕ ਦੇ ਨਾਲ, ਕਾਲੀ ਨੀਲੀ ਹਰੀ ਚਿੱਟੀ ਦੇ ਨਾਲ ਨਹੀਂ ਸੀ ਦੇਖਿਆ ਜਾਂਦਾ ਕਿ RSS ਦੀ ਜਿਹੜੀ ਹੈ ਭਗਵੀ ਐਨਕ ਲੱਗੀ ਹੋਈ ਹੈ ਜਾਂ ਕਾਮਰੇਡਾਂ ਦੀ ਲਾਲ ਐਨਕ ਲੱਗੀ ਹੋਈ ਹੈ। ਉਹਨਾਂ ਨੇ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਅਦਾਰਿਆਂ ਦੇ ਉੱਤੇ ਕੰਟਰੋਲ ਕੀਤਾ। ਔਰ ਉਦਾਹਰਣ ਸਾਹਮਣੇ ਹੈ ਕਿ ਕਿਵੇਂ ਹੈਦਰਾਬਾਦ ਦੇ ਵਿੱਚ ਰੋਹਿਤ ਵਰਮੂਲਾ ਜਿਹੜਾ ਉਹ ਸੁਸਾਈਡ ਤੱਕ ਪਹੁੰਚਦਾ ਹੈ, ਉਸ ਕਿਸਮ ਦੇ VC ਲਾਏ ਹੋਏ ਨੇ। ਔਰ JNU ਦੀ ਉਦਾਹਰਣ ਸਾਹਮਣੇ ਹੈ ਕਿ ਕਿਵੇਂ ਉੱਥੇ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਤਾਂ ਦੂਰ, ਜੇ ਉੱਥੋਂ ਦੇ ਜਿਹਨੂੰ ਬੇਗੁਨਾਹ ਅਫਸਲ ਗੁਰੂ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਿਹਾੜ ਜੇਲ੍ਹ 'ਚ, ਉਸ ਦੀ ਫਾਂਸੀ ਦੇ ਉੱਤੇ ਕਿ ਭਾਰਤੀ ਕਾਨੂੰਨ ਦੇ ਥੱਲੇ ਹੋਣੀ ਚਾਹੀਦੀ ਹੈ ਕਿ ਨਹੀਂ, ਸਮਾਗਮ ਹੁੰਦਾ ਉਹਨੂੰ ਪ੍ਰੋ ਪਾਕਿਸਤਾਨ ਸਲੋਗਨ ਬਣਾ ਕੇ ਵਿਦਿਆਰਥੀ ਪ੍ਰੋਫੈਸਰਾਂ ਦੀ ਮਾਰ ਕੁਟਾਈ, ਮੁਕੱਦਮੇ, ਔਰ ਬਾਅਦ ਦੇ ਵਿੱਚ ਈਵਨ ਰਿਸਰਚ ਦੇ ਜਿਹੜੇ ਸਕਾਲਰਸ਼ਿਪ PhD ਜਿਹੜੇ ਕਰਦੇ ਸੀ ਉਹਦੀਆਂ ਸੀਟਾਂ ਘਟਾ ਕੇ ਆਲਰੇਡੀ ਉਹਨਾਂ ਨੇ JNU ਜਿਹੜਾ ਉਹ ਕਾਬੂ ਕੀਤਾ ਹੋਇਆ। ਔਰ ਫਿਰ ਅਸੀਂ ਦੇਖਦੇ ਹਾਂ ਕਿ ਦਿੱਲੀ ਦੇ ਵਿੱਚ ਹੀ ਦਿਆਲ ਸਿੰਘ ਮਜੀਠੀਆ ਕਾਲਜ, ਹਾਲਾਂਕਿ ਦਿਆਲ ਸਿੰਘ ਮਜੀਠੀਆ ਦਾ ਕੋਈ ਸਿੱਧਾ ਸਿੱਖਾਂ ਨਾਲ ਲੈਣਾ ਦੇਣਾ ਨਹੀਂ ਹੈ, ਉਹ ਬ੍ਰਹਮੋ ਸਮਾਜ ਦੇ ਵਿੱਚ ਸੀ, ਆਪਣਾ ਹੋ ਗਿਆ, ਜਾਣ ਲੱਗੇ ਉਹਨੇ ਟਰੱਸਟ ਬਣਾਇਆ, ਲੇਕਿਨ ਉਹ ਦਿਆਲ ਸਿੰਘ ਮਜੀਠੀਆ ਕਾਲਜ ਨੂੰ ਵੰਦੇ ਮਾਤਰਮ ਕਾਲਜ ਬਣਾਉਣ ਦੀ ਲਾਈਨ ਦੇ ਥੱਲੇ ਕਿੰਨੀ ਵੱਡੀ ਜਿਹੜੀ ਹੈ ਉਹ ਇੱਕ ਪੂਰੀ ਲਾਈਨ ਖਿੱਚੀ ਜਾਣ ਲੱਗੀ ਸੀ। ਲੇਕਿਨ ਕਿਉਂਕਿ ਟ੍ਰਿਬਿਊਨ ਜਿਹੜਾ ਕਿ ਦਿਆਲ ਸਿੰਘ ਮਜੀਠੀਆ ਦੇ ਟਰੱਸਟ ਦਾ ਹਿੱਸਾ ਹੈ ਜਿਹਦੇ 'ਚ ਉਹ ਛਪਦਾ, ਉਹ ਉਹਨੇ ਵੀ ਇਸ ਕੇਸ ਨੂੰ ਚੁੱਕਿਆ। ਔਰ ਬਾਕੀਆਂ ਨੂੰ ਵੀ ਲੱਗਿਆ ਵੀ ਦਿਆਲ ਸਿੰਘ ਮਜੀਠੀਆ ਤਾਂ ਕੋਈ ਸਿੱਖ ਮਾਈਂਡਡ ਅਕਾਲੀ ਨਹੀਂ ਸੀ ਜਾਂ ਅਕਾਲੀ ਮਾਈਂਡਡ ਸਿੱਖ ਨਹੀਂ ਸੀ, ਔਰ ਉਹ ਤਾਂ ਸਾਡੀਆਂ ਵੈਲਿਊ ਦੇ ਸੀ, ਉਹ ਤਾਂ ਜਿਹੜਾ ਨੈਸ਼ਨਲਿਜ਼ਮ ਇਹ ਪ੍ਰੀਚ ਕਰਨਾ ਚਾਹੁੰਦੇ ਨੇ ਉਸ ਖਾਤੇ 'ਚ ਉਹਨੂੰ ਵੇਚ ਸਕਦੇ ਨੇ। ਉਹ ਸਟੈਪ ਉਹਨਾਂ ਨੇ ਵਾਪਸ ਲਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਿਹਨੂੰ ਜਿਹਦੀ ਐਸਟੈਬਲਿਸ਼ਮੈਂਟ ਦੇ ਵਿੱਚ ਦਿਆਲ ਸਿੰਘ ਮਜੀਠੀਆ ਨੇ ਹੋਰਨਾਂ ਦੇ ਨਾਲ ਬੇਸਿਕਲੀ ਇੱਕ ਵੱਡਾ ਰੋਲ ਅਦਾ ਕੀਤਾ ਹੈ, 19ਵੀਂ ਸਦੀ ਦੇ ਅਖੀਰ 'ਚ ਇਹ ਸ਼ੁਰੂ ਹੋਈ ਯੂਨੀਵਰਸਿਟੀ, ਅੱਜ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਸ ਦੀ ਰੈਕਗਨੀਸ਼ਨ ਹੈ। ਔਰ ਆਲਮੋਸਟ 125 ਸਾਲ ਤੋਂ ਜ਼ਿਆਦਾ ਵਕਤ ਹੋ ਗਿਆ ਜਦੋਂ ਕਿ ਉਹ ਸਰਵ ਕਰ ਰਹੀ, ਹਾਲਾਂਕਿ ਕਦੇ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਮਾਈਂਡਡ ਲੋਕਾਂ ਦੇ ਕਬਜ਼ੇ 'ਚ ਵੀ ਨਹੀਂ ਰਹੀ। ਬਹੁਤ ਵਾਰ ਆਰੀਆ ਸਮਾਜੀਆਂ ਦਾ ਹੀ ਉਹਨਾਂ ਦੀ ਸੈਨੇਟ ਯੂਨੀਵਰਸਿਟੀ ਦੀ ਦੂਸਰੇ ਤੀਸਰੇ, ਲੇਕਿਨ ਇਹਦੇ ਬਾਵਜੂਦ ਅੱਜ ਵੀ ਜਦੋਂ ਪੰਜਾਬ ਦੇ ਵਿੱਚ ਆਪਣੀਆਂ ਯੂਨੀਵਰਸਿਟੀਜ਼ ਬਣੀਆਂ, ਗੁਰੂ ਨਾਨਕ ਯੂਨੀਵਰਸਿਟੀ ਬਣੀ ਅਤੇ ਜਿਹੜੇ ਕਾਲਜ ਗੁਰੂ ਨਾਨਕ ਯੂਨੀਵਰਸਿਟੀ ਦੇ ਨਾਲ ਲੱਗੇ ਉਹ ਜ਼ਾਹਰ ਹੈ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਨਾਲ ਹੀ ਸੀ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਪਟਿਆਲਾ ਜਦੋਂ ਉਸ ਤੋਂ ਪਹਿਲਾਂ ਡਿਵੈਲਪ ਹੋਈ ਉਹਦੇ ਨਾਲ ਵੀ ਕਾਲਜ ਲੱਗੇ, ਪਰ ਅੱਜ ਵੀ ਜੇ 112 ਦੇ ਕਰੀਬ ਕਾਲਜ ਪੰਜਾਬ ਯੂਨੀਵਰਸਿਟੀ ਦੇ ਨਾਲ ਅਟੈਚ ਨੇ ਜਿਹਨਾਂ ਦੇ ਵਿੱਚ ਉਹਨਾਂ ਦਾ ਸਿਲੇਬਸ ਜਾਂ ਉਹਨਾਂ ਦਾ ਸਰਟੀਫਿਕੇਟ ਹੁੰਦਾ, ਤਾਂ ਉਹਦੇ 'ਚੋਂ ਚੰਡੀਗੜ੍ਹ ਵਿਚਲੇ ਸਿਰਫ 12 ਕਾਲਜ ਨੇ, 100 ਤੋਂ ਜ਼ਿਆਦਾ ਕਾਲਜ ਜਿਹੜਾ ਉਹ ਪੰਜਾਬ ਦੇ ਨੇ, ਕੋਈ ਹਰਿਆਣੇ ਦੀਆਂ ਤਾਂ ਆਪਣੀਆਂ ਯੂਨੀਵਰਸਿਟੀਆਂ ਉਹਨਾਂ ਨੇ ਬਣਾਈਆਂ ਹੋਈਆਂ ਨੇ। ਲੇਕਿਨ ਹੁਣ ਤੱਕ ਤਾਂ ਇਹ ਸੀ ਕਿ ਜੀ ਆਰੀਆ ਸਮਾਜੀ ਕੰਟਰੋਲ ਕਰਦੇ ਨੇ, ਅਸੀਂ ਪਿਛਲੇ ਪੀਰੀਅਡ 'ਚ ਡਿਸਕਸ ਵੀ ਕੀਤਾ ਸੀ ਕਿ ਕਿਵੇਂ MA ਇੰਗਲਿਸ਼ ਦੇ ਸਿਲੇਬਸ ਦੇ ਵਿੱਚ ਜਿੱਥੇ ਕਿ ਟ੍ਰਾਂਸਲੇਟਡ ਵਰਕ ਹੈ ਦੂਸਰੀਆਂ ਜ਼ਬਾਨਾਂ ਦੇ ਨੇ, ਉੜੀਆ, ਬਿਹਾਰੀ, ਮਲਿਆਲਮ, ਹਿੰਦੀ, ਦੂਜੇ ਤੀਜੇ, ਪਰ ਕੋਈ ਵੀ ਪੰਜਾਬੀ ਜ਼ਬਾਨ ਦਾ ਵਰਕ ਜਿਹੜਾ ਉਸ ਟ੍ਰਾਂਸਲੇਟਡ ਵਰਕ ਦਾ ਹਿੱਸਾ ਨਹੀਂ ਸੀ। ਪਰ ਹੁਣ ਜਿਸ ਕਰਕੇ ਅਸੀਂ ਇਸ ਸੈਗਮੈਂਟ ਨੂੰ ਚੁਣਿਆ, ਔਰ ਅੱਜ 9:30 ਤੋਂ 10 ਵਜੇ ਦੇ ਟਾਈਮ ਸਲੋਟ ਦੇ ਵਿੱਚ ਬੀਰ ਦਵਿੰਦਰ ਸਿੰਘ, ਜਿਹੜੇ ਕਿ ਪ੍ਰੋਮੀਨੈਂਟ ਆਗੂ, ਡਿਫਰੈਂਟ ਕਾਂਗਰਸ ਨਾਲ ਵੀ ਰਹੇ,
ਸਪੀਕਰ ਵੀ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਪੰਜਾਬ ਅਸੈਂਬਲੀ ਦੇ ਰਹੇ, ਉਹਨਾਂ ਦੀ ਇੱਕ ਸਟੇਟਮੈਂਟ ਜਿਹੜੀ ਅੱਜ ਅਖਬਾਰਾਂ 'ਚ ਲੱਗੀ, ਜਿਹਦੇ ਕਰਕੇ ਮੈਂ ਉਹਨਾਂ ਨਾਲ ਸੰਪਰਕ ਕੀਤਾ ਕਿ ਰਾਜਕੁਮਾਰ ਨਾਂ ਦਾ ਇੱਕ RSS ਦਾ ਬੰਦਾ ਹੈ ਜਿਹੜਾ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਡੀਨ ਸੀ, ਉਹਨੂੰ ਜਿਹੜਾ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾਇਆ। ਹੁਣ ਜਦੋਂ ਕਿ ਪੰਜਾਬ ਯੂਨੀਵਰਸਿਟੀ ਦੇ 112 ਕਾਲਜ, 110 ਕਾਲਜ ਪੰਜਾਬ ਦੇ ਨੇ 100+, ਔਰ ਚੰਡੀਗੜ੍ਹ ਵੀ ਅਲਟੀਮੇਟਲੀ ਪੰਜਾਬ ਨੂੰ ਦੇਣ ਦਾ ਹੀ ਜਿਹੜਾ ਉਹ ਇਕਰਾਰਨਾਮਾ ਰਿਹਾ, ਅੱਜ ਕਿਵੇਂ ਚੰਡੀਗੜ੍ਹ ਤੋਂ ਤਾਂ ਅਸੀਂ ਬਾਹਰ ਹੋ ਹੀ ਰਹੇ, ਸਿੱਖ ਆਬਾਦੀ ਉੱਥੇ 18-19% ਹੀ ਰਹਿ ਗਈ ਹੈ, ਪਰ ਇਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਿਆ ਕੇ ਜਿੱਥੇ ਕਿ ਹੁਣ ਤੱਕ ਜਿਹੜੀਆਂ ਸਟੂਡੈਂਟ ਬਾਡੀਜ਼ ਨੇ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜਿਹੜਾ ਸਟੂਡੈਂਟ ਵਿੰਗ ਹੈ RSS ਦਾ, ਉਹ ਵਿੱਚ ਵੜਨ ਦੀ ਕੋਸ਼ਿਸ਼ ਕਰਦਾ, ਕੁਝ ਸੀਟਾਂ ਥੋੜ੍ਹੀਆਂ ਬਹੁਤ ਲੈ ਜਾਂਦੇ ਨੇ, ਲੇਕਿਨ ਉਹਨੂੰ ਜਿਹੜਾ ਉੱਥੇ ਪੈਰ ਨਹੀਂ ਉਹਨਾਂ ਦੇ ਲੱਗੇ, ਔਰ ਉਹਨਾਂ ਨੇ ਉਹ ਜਿਹੜਾ ਇੱਕ ਜਾਲੀ ਜਿਹਾ ਪਾਕਿਸਤਾਨੀ ਕੈਨੇਡਾ 'ਚੋਂ ਲੈ ਜਾਂਦੇ ਨੇ, ਉਹਨੂੰ ਲਿਆ ਕੇ ਉਹ ਸਿੱਖਾਂ ਨੂੰ, ਮੁਸਲਮਾਨਾਂ ਨੂੰ, ਪਾਕਿਸਤਾਨੀਆਂ ਨੂੰ ਗਾਲਾਂ ਕਢਵਾਉਂਦੇ ਨੇ। ਫਤਿਹ ਕੀ ਉਹਦਾ ਮੈਨੂੰ ਨਾਂ ਭੁੱਲ ਜਾਂਦਾ, ਹਮੇਸ਼ਾ ਹੀ ਜਾਲੀ ਜਿਹਾ ਬੰਦਾ ਉਹ, ਉਹਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਲਿਆ ਕੇ ਉਹ ਲੈਕਚਰ ਕਰਵਾਉਣਾ ਚਾਹੁੰਦੇ ਸੀ, ਪਰ ਉੱਥੇ ਉਹਨੂੰ ਚੈਲੰਜ ਕੀਤਾ ਗਿਆ ਸੀ। ਪਰ ਹੁਣ ਪੰਜਾਬ ਯੂਨੀਵਰਸਿਟੀ 'ਚ ਉਹਨਾਂ ਨੇ ਜਿਹੜਾ ਉਹ ਸਿੱਧੇ ਤੌਰ ਦੇ ਉੱਤੇ ਹੀ ਸਿੱਧਾ ਕੰਟਰੋਲ ਕਰ ਲਿਆ, ਔਰ 160 ਅਰਜ਼ੀਆਂ ਵਾਈਸ ਚਾਂਸਲਰ ਦੇ ਲਈ ਆਈਆਂ ਸੀ, ਜਿਨ੍ਹਾਂ 'ਚੋਂ ਸਿਰਫ 12 ਜਿਹੜੇ ਨੇ ਜਾਂ 9 ਉਹ ਉਹਨਾਂ ਨੇ ਜ਼ੀਰੋ ਡਾਊਨ ਕੀਤੀਆਂ। ਇਹਨਾਂ 'ਚੋਂ ਕੋਈ ਸਿੱਖ ਨਹੀਂ ਸੀ ਜਿਹੜੇ ਜ਼ੀਰੋ ਡਾਊਨ ਹੋਇਆ, ਕੋਈ ਮੁਸਲਮਾਨ ਨਹੀਂ ਸੀ, ਕੋਈ ਦਲਿਤ ਨਹੀਂ ਸੀ, ਸਾਰੇ ਦੇ ਸਾਰੇ RSS ਦੇ ਸੀ। ਇਹ ਜਿਹੜਾ ਉਹਨਾਂ ਨੇ ਫਾਈਨਲ ਸਿਲੈਕਸ਼ਨ ਕੀਤੀ ਹੈ, ਰਾਜਕੁਮਾਰ ਜਿਹੜਾ ਡੀਨ ਲਾਇਆ RSS ਦਾ, ਔਰ BJP ਦਾ ਚੰਡੀਗੜ੍ਹ ਦਾ ਪ੍ਰੈਜ਼ੀਡੈਂਟ ਦੂਜੇ ਤੀਜੇ ਸਾਰੇ ਉੱਥੇ ਵਧਾਈ ਦੇਣ ਪਹੁੰਚ ਗਏ। ਸੋ ਇੱਕ ਉਹ ਅਦਾਰਾ ਜਿਹੜਾ ਪੰਜਾਬੀਆਂ ਦੇ ਔਰ ਸਿੱਖਾਂ ਦੇ ਪੈਸੇ ਦੇ ਨਾਲ ਜਿਸ ਦੀ ਸ਼ੁਰੂਆਤ ਹੋਈ, ਅੱਜ ਉਹ ਪੂਰੀ ਤਰ੍ਹਾਂ, ਕਿਉਂਕਿ ਇਹ ਗੱਲ ਸਿਰਫ ਇਹ ਨਹੀਂ ਹੈ ਵੀ ਉੱਥੇ ਕਦੇ ਕੋਈ ਸਿੱਖ VC ਪਹਿਲਾਂ ਵੀ ਨਹੀਂ ਲਾਇਆ ਉਹਨਾਂ ਨੇ, ਲੇਕਿਨ ਇੰਨਾ ਕੁ ਸੀ ਕਿ ਵੀ ਇੱਕ ਵੱਡੇ ਪੈਮਾਨੇ ਦੇ ਅਕੈਡਮਿਸ਼ਨ ਹੁੰਦੇ ਸੀ, ਅਪਰ ਲੈਵਲ 'ਤੇ ਉਹਨਾਂ ਦਾ ਫਿਰਕੂ ਨੀਤੀ ਸੀ, ਲੇਕਿਨ ਆਮ ਜਿਹੜੇ ਨੇ ਯੂਨੀਵਰਸਿਟੀਜ਼ ਦੇ ਵਿੱਚ ਜੋ ਚੱਲਦਾ, ਆਮ ਸਟੂਡੈਂਟਸ ਨੂੰ ਮਹਿਸੂਸ ਨਹੀਂ ਸੀ ਹੁੰਦਾ। ਔਰ ਜਦੋਂ ਹੀ ਇਹ ਫੈਸਲਾ ਆਇਆ, ਇੱਕ ਸਟੂਡੈਂਟ ਬਾਡੀ, ਸਟੂਡੈਂਟਸ ਫੋਰ ਸੁਸਾਇਟੀ SFS ਜਿਹਨੂੰ ਕਹਿੰਦੇ ਨੇ, ਉਹਨਾਂ ਨੇ ਵੱਡਾ ਪ੍ਰੋਟੈਸਟ ਕੀਤਾ, ਔਰ ਇਹ ਜਿਹੜੀ ਖਬਰ ਹੀ ਹੈ ਕਿ SFS ਪ੍ਰੋਟੈਸਟ ਅਗੇਂਸਟ ਅਪੁਆਇੰਟਮੈਂਟ ਆਫ ਪ੍ਰੋ RSS BJP ਵਾਈਸ ਚਾਂਸਲਰ ਆਫ ਪੰਜਾਬ ਯੂਨੀਵਰਸਿਟੀ। ਔਰ ਅੱਜ 9:30 ਦੇ ਪ੍ਰੋਗਰਾਮ 'ਚ ਵੀਰ ਦਵਿੰਦਰ ਸਿੰਘ, ਜਿਹਨਾਂ ਨੇ ਇਸ ਦੇ ਉੱਤੇ ਸਟੈਂਡ ਲਿਆ, ਉਹਨਾਂ ਦੇ ਨਾਲ ਗੱਲਬਾਤ ਹੋਏਗੀ ਚੰਡੀਗੜ੍ਹ ਤੋਂ, ਕਿ ਵੀ ਇਹ ਕੀ ਹੈ ਔਰ ਇਸ ਸਾਰੇ ਦਾ ਕੀ ਇੰਪੈਕਟ ਹੋਏਗਾ ਆਉਣ ਵਾਲੇ ਪੀਰੀਅਡ 'ਚ, ਕਿਵੇਂ ਇਫੈਕਟ ਕਰੇਗਾ। ਔਰ ਅਫਸੋਸ ਇਸ ਗੱਲ ਦਾ ਹੈ ਵੀ ਪੰਜਾਬ ਗੌਰਮੈਂਟ ਮੂੰਹ 'ਚ ਘੁੰਗਣੀਆਂ ਪਾਈਆਂ ਹੋਣ ਅਮਰਿੰਦਰ ਸਿੰਘ ਨੂੰ, ਇਹ ਤਾਂ ਫਿਕਰ ਹੈ ਵੀ ਰੈਫਰੈਂਡਮ 2020 ਜਿਹੜਾ ਇਹ ਡਿਵਾਈਡ ਕਰ ਦੇਗਾ, ਪਰ ਉਹਨੂੰ ਇੰਨਾ ਵੱਡਾ ਅਦਾਰਾ ਪੰਜਾਬ ਯੂਨੀਵਰਸਿਟੀ ਜਿਹੜਾ ਪੰਜਾਬ ਦੇ ਪੱਲੇ ਹੀ ਕੀ ਹੈ, ਲੇਕਿਨ ਇਹਦੇ 'ਚ ਫਿਰ ਵੀ ਸਾਡਾ ਐਟ ਸਟੇਕ ਸੀ। ਚੰਡੀਗੜ੍ਹ ਤਾਂ ਹੱਥੋਂ ਉਹਨਾਂ ਨੇ ਯੂਨੀਅਨ ਟੈਰੀਟਰੀ ਬਣਾ ਕੇ ਸਾਨੂੰ ਇਵੇਂ ਰੱਖਿਆ ਹੀ ਹੈ ਵੀ ਅੰਗੂਰਾਂ ਦਾ ਗੁੱਛਾ ਉੱਤੇ ਲਟਕਾਇਆ, ਅਤੇ ਜਦੋਂ ਤੁਸੀਂ ਜੰਪ ਕਰਦੇ ਉਹਨੂੰ ਹੋਰ ਉੱਚਾ ਕਰ ਦਿੰਦੇ ਨੇ, ਲੇਕਿਨ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਜਦੋਂ ਸਾਰਾ ਕੰਟਰੋਲ ਹੀ ਜਾ ਰਿਹਾ, ਮੁੜ ਕੇ ਤੁਸੀਂ ਇਸ ਕਿਸਮ ਦਾ ਕੋਈ ਵੀ ਪ੍ਰਭਾਵ ਤੁਹਾਡਾ ਉਹਦੇ 'ਤੇ ਨਹੀਂ ਹੋਏਗਾ। ਔਰ ਇਹ ਜਿਹੜਾ ਉਹਨਾਂ ਨੇ ਜਿਹੜਾ ਸਟੂਡੈਂਟਸ ਫਾਰ ਜਸਟਿਸ, ਸਟੂਡੈਂਟਸ ਫਾਰ ਸੁਸਾਇਟੀ, ਉਹਨਾਂ ਦੇ ਸਪੋਕਸਪਰਸਨ ਨੇ ਕਿਹਾ, ਦਾ ਪ੍ਰੋਟੈਸਟ ਵਾਸ ਸਟੇਜਡ ਐਜ਼ ਐਨ ਅਲਰਟ ਐਂਡ ਵਾਰਨਿੰਗ ਫਾਰ ਦਾ ਸਟੂਡੈਂਟਸ ਆਫ ਪੰਜਾਬ ਯੂਨੀਵਰਸਿਟੀ ਟੂ ਬੀ ਅਲਰਟ ਆਫ ਦਾ ਪੋਲਿਸੀਜ਼ ਆਫ ਮੋਰਲ ਪੋਲਿਸਿੰਗ, ਪ੍ਰਾਈਵੇਟਾਈਜੇਸ਼ਨ ਆਫ ਐਜੂਕੇਸ਼ਨ ਐਂਡ ਕਰਸ਼ਿੰਗ ਡਾਈਸੈਂਟ ਦੈਟ ਹੈਵ ਆਲਵੇਜ਼ ਪੇਵਡ ਦੇਅਰ ਵੇਜ਼ ਐਜ ਸੂਨ ਐਜ RSS ਹੈਵ ਪਲੇਸ ਦਾ ਦੇਅਰ ਪਪਟ VCs ਇਨ ਐਜੂਕੇਸ਼ਨ ਇੰਸਟੀਟਿਊਸ਼ਨ ਲਾਈਕ ਬਨਾਰਸ ਹਿੰਦੂ ਯੂਨੀਵਰਸਿਟੀ ਐਂਡ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਟੂ ਨੇਮ ਏ ਫਿਊ। ਕਿਉਂਕਿ ਇਹਦੇ ਹੁੰਦਿਆਂ ਹੀ ਉੱਥੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਵੀ ਜਿਵੇਂ ਇਹਨਾਂ ਨੇ ਗੰਦ ਪਾਇਆ RSS ਨੇ, ਔਰ ਇਹ ਸਟੂਡੈਂਟ ਬਾਡੀ ਨੇ ਕਿਹਾ ਕਿ ਵੀ ਇਹ ਜਿਹੜੀ ਵਿਰੋਧ ਦੀ ਆਵਾਜ਼ ਹੈ ਉਹਨੂੰ ਵੀ ਕੁਚਲਦੇ ਨੇ, ਹਿੰਦੂਤਵ ਏਜੰਡਾ ਵੀ ਪ੍ਰਮੋਟ ਕਰਦੇ ਨੇ, ਔਰ ਦਰਸ਼ਕ ਸਕਰੀਨ ਦੇ ਉੱਤੇ ਜਿਹੜਾ ਸਟੂਡੈਂਟ ਪ੍ਰੋਟੈਸਟ ਹੈ ਉਸ ਦੀਆਂ ਪਿਕਚਰਸ ਦੇਖ ਰਹੇ ਹੋਣਗੇ। ਔਰ ਉਹਦੇ 'ਚ ਉਹਨਾਂ ਦੇ ਸਪੋਕਸਪਰਸਨ ਨੇ ਕਿਹਾ ਕਿ ਵੀ ਅਸੀਂ ਆਲਰੇਡੀ ਇਸ ਯੂਨੀਵਰਸਿਟੀ ਦੇ ਵਿੱਚ ਗਲੋਰੀਅਸ ਸਟਰਗਲ, 1100% ਜਿਹੜਾ ਫੀ ਹਾਈਕ ਸੀ 2017 'ਚ ਉਹਨੂੰ ਤੁੜਵਾਇਆ, ਔਰ ਇਹ ਜਿਹੜੀ SFS ਪ੍ਰੂਵਡ ਇਟਸ ਕਮਿਟਮੈਂਟ ਟੂ ਅਪੋਜ਼ ਰਿਗਰੈਸਿਵ ਐਂਡ ਡਿਵਾਈਸਿਵ ਆਈਡੀਓਲੋਜੀ ਆਫ RSS ਐਂਡ ਇਟਸ ਫਰੰਟਲ ਸਟੂਡੈਂਟ ਆਰਗਨਾਈਜੇਸ਼ਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਬਾਈ ਇਨਵਾਈਟਿੰਗ ਸੀਮਾ ਆਜ਼ਾਦ ਐਟ ਦਾ ਕਾਨਫਰੰਸ ਐਟ ਦਾ ਪੰਜਾਬ ਯੂਨੀਵਰਸਿਟੀ ਆਰਗਨਾਈਜ਼ ਬਾਈ ਇਟ। ਦਿਸ ਹੈਪਨ ਡਿਸਪਾਈਟ ਥਰੈਟਸ ਐਂਡ ਆਪੋਜੀਸ਼ਨ ਫਰੋਮ ਦਾ ABVP ਦਾ ਨਿਊ VC ਐਂਡ ਇਸ ਪੋਲਿਸੀਜ ਵਿਲ ਆਲਸੋ ਵੀ ਅਪੋਜ਼ ਦਾ ਸੇਮ ਵੇ ਇਫ ਯੂ ਡੇਅਰ ਪ੍ਰਮੋਟ ਦਾ RSS ਏਜੰਡਾ ਐਟ ਦਾ ਪੰਜਾਬ ਯੂਨੀਵਰਸਿਟੀ।
ਵਾਰਡ ਐਸਐਫਐਸ ਉਹਨਾਂ ਨੇ ਕਿਹਾ ਜੀ ਆਲਰੇਡੀ ਸੀਮਾ ਆਜ਼ਾਦ ਨੂੰ ਜਦੋਂ ਅਸੀਂ ਸੱਦਿਆ ਇਹਨਾਂ ਨੇ ਉਹਨੂੰ ਰੋਕਣਾ ਚਾਹਿਆ ਸੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ, ਪਰ ਅਸੀਂ ਜਿਹੜਾ ਉਸ ਦੇ ਉੱਤੇ ਖਲੋਤੇ ਰਹੇ। ਪਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਲਟੀਮੇਟਲੀ ਆਰਐਸਐਸ ਏਜੰਡਾ ਹੋਏਗਾ। ਉਹਨੇ ਕਿਹਾ ਵੈਨ ਦਾ ਅਥਾਰਟੀ ਸਟਾਰਟ ਗਵਰਨਿੰਗ ਦਾ ਕਲੋਥਸ ਵੀ ਵੀਅਰ, ਦਾ ਫੂਡ ਵੀ ਈਟ, ਦਾ ਟਾਈਮ ਆਫ ਅਵਰ ਡੇਜ਼ ਐਂਡ ਦਾ ਰਿਸਰਚਿਸ ਵੀ ਡੂ, ਇਟ ਮੀਨਸ ਦੈਟ ਫਾਸ਼ਿਜ਼ਮ ਹੈਜ਼ ਨੌਕਡ ਔਨ ਅਵਰ ਡੋਰਸ ਐਂਡ ਦਿਸ ਪ੍ਰੋਟੈਸਟ ਇਜ਼ ਏ ਵਾਰਨਿੰਗ ਆਫ ਅਵਰ ਓਪੋਜੀਸ਼ਨ ਟੂ ਦੀਜ਼ ਫਾਸ਼ਿਸਟ ਟੈਂਡੈਂਸਿਸ ਐਡਿਡ ਦਾ ਸਪੋਕਨ। ਹੁਣ ਇਹ ਜਿਹੜਾ ਰਾਜਕੁਮਾਰ ਹੈ ਇਹੀ ਉੱਥੇ ਕਰਕੇ ਆਇਆ ਖਰਾਬੀ, ਔਰ ਉਹਨੇ ਕਿਹਾ ਕਿ ਜੀ ਇਹ ਜੇ ਆਰਐਸਐਸ ਦੇ ਨਹੀਂ ਇਹ ਡਿਸਾਈਡ ਕਰਨਾ ਵੀ ਅਸੀਂ ਕਿਹੜੇ ਕੱਪੜੇ ਪਾਉਣੇ ਨੇ, ਕਿਹੜਾ ਖਾਣਾ ਖਾਣਾ, ਔਰ ਕਿਵੇਂ ਜਿਹੜਾ ਉਹ ਸਾਡੇ ਜਿਹੜੇ ਨੇ ਉਹ ਸਾਰੀ ਆਜ਼ਾਦੀ ਕੀ ਅਸੀਂ ਪੜ੍ਹਨਾ, ਕੀ ਰਿਸਰਚ ਕਰਨੀ ਹੈ। ਤਾਂ ਉਹਨੇ ਕਿਹਾ ਵੀ ਅਸੀਂ ਇਹਨੂੰ ਨਹੀਂ ਸਹਾਰਾਂਗੇ, ਪਰ ਅਸੀਂ ਇਹ ਰਿਕਮੈਂਡ ਕਰਾਂਗੇ ਕਿ ਬਈ ਤੁਸੀਂ ਜ਼ਰੂਰ ਉਸ 9:30 ਤੋਂ 10 ਵਾਲੇ ਇੰਟਰਵਿਊ ਨੂੰ ਵਾਚ ਕਰੋ, ਤਾਂ ਕਿ ਤੁਹਾਨੂੰ ਇਹ ਪਤਾ ਹੋਏ ਕਿ ਬਈ ਇਹ ਹਮਲੇ ਜਿਹੜੇ ਨੇ ਕਿਸ ਲੈਵਲ ਦੇ ਉੱਤੇ ਅੱਜ ਪਹੁੰਚ ਗਏ ਨੇ, ਔਰ ਅਸੀਂ ਕਿਵੇਂ ਘਿਰੇ ਹੋਏ ਹਾਂ। ਔਰ ਨਾ ਇਸ ਦੇ ਉੱਤੇ ਪੰਜਾਬ ਦੇ ਅਮਰਿੰਦਰ ਸਰਕਾਰ ਨੇ ਜ਼ਬਾਨ ਖੋਲ੍ਹੀ ਹੈ ਜਿਹੜੀ ਨਹੀਂ ਸੀ ਖੋਲ੍ਹਣੀ, ਹਿੰਦੂ ਤੋਂ ਵੀ ਸ਼ੋਅ ਬੋਆਏ ਹੈ, ਪਰ ਬਾਦਲ ਅਕਾਲੀ ਦਲ ਨੂੰ ਵੀ ਸੱਪ ਸੁੰਘਿਆ ਹੋਇਆ, ਕਿਉਂਕਿ ਆਲਰੇਡੀ ਇਹਨਾਂ ਦੇ ਹੁੰਦਿਆਂ ਹੀ ਇਸ ਕਿਸਮ ਦੀਆਂ ਅਪਾਇੰਟਮੈਂਟਸ ਟੈਕਨੀਕਲ ਯੂਨੀਵਰਸਿਟੀ ਜਲੰਧਰ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਵਾਲੇ ਨਾਲ ਵੀ ਹੁੰਦੀਆਂ ਰਹੀਆਂ ਨੇ। ਸੋ ਅਸੀਂ ਹੌਲੀ 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 ਆਰਐਸਐਸ ਦੇ ਢਿੱਡ ਦੇ ਵਿੱਚ ਜਾ ਰਹੇ ਜੀ ਡਾਕਟਰ ਸਾਹਿਬ, ਬਿਲਕੁਲ ਨੋ ਡਾਊਟ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਅਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-37 Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।